ਦੇਸ਼ ਦੀ ਵੰਡ ਸਿਰਫ ਪੰਜਾਬ ਵਾਸੀਆਂ ਲਈ ਦੁੱਖ ਨਹੀਂ ਲਿਆਈ ਲद्दाख ਦੇ ਪਹਾੜਾਂ ਵਰਗੇ ਸਾਦਾ ਲੋਕਾਂ ਦਾ ਵੀ ਦੁੱਖ ਅਕਾਹ ਹੈ ਹਿੰਦੁਸਤਾਨ ਦੀ ਵੰਡ ਨੇ ਸਿਰਫ ਇੱਕ ਮੁਲਕ ਦੀ ਹੋਂਦ ਉੱਤੇ ਹੀ ਅਸਰ ਨਹੀਂ ਪਾਇਆ ਇਸ ਨੇ ਬਾੜ ਛੱਡੇ ਹਨ ਕਸਬੇ ਪਿੰਡ ਅਤੇ ਘਰ ਜੋਗ ਦੇ ਇੱਕ ਸਨ ਲਾਈਨ ਆਫ ਕੰਟਰੋਲ ਤੇ ਹਨ ਕਹਿੰਦੇ ਹਨ ਇਹੋ ਜਿਹੇ ਪਿੰਡ ਜਿੱਥੇ ਭਰਾ ਆਪਣੇ ਭਰਾ ਨੂੰ ਵੇਖ ਸਕਦਾ ਹੈ ਦੂਜੇ ਬੰਨੇ ਹਲ ਵਾਹਦੇ ਨੂੰ ਖੇਤਾਂ ਵਿੱਚ ਪਾਣੀ ਲਾਉਂਦੇ ਨੂੰ ਵਾਢੀ ਕਰਦੇ ਨੂੰ ਫਸਲਾਂ ਦੀ ਥਰੇਸ਼ਿੰਗ ਕਰਦੇ ਨੂੰ ਪਰ ਜੇ ਉਹ ਮਿਲਣਾ ਚਾਹੇ ਆਪਣੇ ਭਰਾ ਨੂੰ ਉਸ ਦੂਜੇ ਪਾਸੇ ਉਸ ਨੂੰ ਆਪਣੇ ਪਿੰਡੋਂ ਕਈ ਕਿਲੋਮੀਟਰ ਤੁਰ ਕੇ ਜਾਣਾ ਪਵੇਗਾ ਅਤੇ ਡਾਡੇ ਖੜਦਸ ਪਾਸ ਨੂੰ ਵੀ ਲੰਘਣਾ ਪਵੇਗਾ 18000 ਫੁੱਟ ਉੱਚਾ ਲੇ ਬੁਝਣ ਲਈ ਉੱਥੋਂ ਉਹ ਨਵੀਂ ਦਿੱਲੀ ਦੀ ਉਡਾਨ ਫੜ ਸਕਦਾ ਹੈ ਰਾਜਧਾਨੀ ਵਿੱਚ ਕਈ ਮਹੀਨਿਆਂ ਦੇ ਸੰਘਰਸ਼ ਅਤੇ ਉਡੀਕ ਤੋਂ ਬਾਅਦ ਜੇ ਉਸ ਨੂੰ ਵੀਜ਼ਾ ਮਿਲ ਜਾਏ ਉਹ ਆਪਣੇ ਭਰਾ ਨੂੰ ਮਿਲਣ ਜਾਣ ਲਈ ਉੱਝ ਸਕਦਾ ਹੈ ਇਸਲਾਮਾਬਾਦ ਜਾਂ ਲਾਹੌਰ ਪਰ ਹਿਮਾਲਿਆਈ ਖਿੱਤੇ ਵਾਲੇ ਆਪਣੇ ਭਰਾ ਦੇ ਆਪਣੇ ਪਿੰਡ ਨਹੀਂ ਆਪਣੇ ਭਰਾ ਦੇ ਘਰ ਦੇ ਇੰਨੀ ਨੇੜੇ ਹੋਣ ਦੇ ਬਾਵਜੂਦ ਉਹ ਕਿੰਨੀ ਦੂਰ ਹੁੰਦਾ ਹੈ ਜਿਵੇਂ ਅਸਮਾਨ ਵਿੱਚ ਤਾਰਾ ਜਿਸ ਨੂੰ ਉਹ ਦੇਖ ਤਾਂ ਸਕਦਾ ਹੈ ਪਰ ਛੂ ਨਹੀਂ ਸਕਦਾ ਮੇਰਾ ਭਰਾ ਸਕਾਰਦੋ ਰਹਿੰਦਾ ਹੈ ਬਲਟਿਸਤਾਨ ਦਾ ਸਭ ਤੋਂ ਵੱਡਾ ਕਸਬਾ ਵਟਵਾਰੇ ਤੋਂ ਪਹਿਲਾਂ ਬਲਟਿਸਤਾਨ ਜੰਮੂ ਅਤੇ ਕਸ਼ਮੀਰ ਦਾ ਇੱਕ ਸੂਬਾ ਹੁੰਦਾ ਸੀ ਡੋਗਰਾ ਪ੍ਰਸ਼ਾਸਨ ਦਾ ਪ੍ਰਮੁੱਖ ਪ੍ਰਸ਼ਾਸਕ ਵਜ਼ੀਰ ਗਰਮੀਆਂ ਗਰਮੀਆਂ ਲੇਹ ਵਿੱਚ ਹੁੰਦਾ ਉਤੇ ਸਰਦੀਆਂ ਦੇ 6 ਮਹੀਨੇ ਸਕਾਰਦੋ ਵਿੱਚ ਉਸ ਦਾ ਸਾਰਾ ਅਮਲਾ ਫੈਲਾ ਉਸ ਦੇ ਨਾਲ ਹੀ ਲੇਹ ਤੋਂ ਸਕਾਰਦੋ ਚਲੇ ਜਾਂਦਾ ਸੀ ਕਾਗਾਹੀਨ ਮੁਹੰਮਦ ਮੇਰਾ ਵੱਡਾ ਭਰਾ ਵਜ਼ੀਰ ਦਾ ਕਲਰਕ ਸੀ 1947 ਦੇ ਸਾਲ ਹੁਨਾਲੇ ਨੇ ਲੇ ਉਤੇ ਇੱਕ ਲੰਮਾ ਪਰਛਾਵਾਂ ਪਾ ਦਿੱਤਾ ਹਿੰਦੁਸਤਾਨ ਵੰਡਿਆ ਗਿਆ ਅਤੇ ਪਾਕਿਸਤਾਨ ਨਾਂ ਦਾ ਨਵਾਂ ਮੁਲਕ ਦੁਨੀਆ ਦੇ ਨਕਸ਼ੇ ਤੇ ਉੱਭਰ ਰਹਾ ਸਾਡੇ ਵਾਲੇ ਦਿਵਾਲੇ ਸਭ ਕੁਝ ਅਜੀਬ ਲੱਗ ਰਿਹਾ ਸੀ ਹਮੇਸ਼ਾ ਵਾਂਗ ਕਾਗਾ ਅਖੀਰੀ ਵਜ਼ੀਰ ਲਾਲਾ ਅਮਰਨਾਥ ਦੇ ਨਾਲ ਸਕਾਰਦ ਹੋ ਗਿਆ ਮੈਂ ਉਦੋਂ ਛੋਟਾ ਸੀ ਕਾਗਾ ਦੇ ਚਿਹਰੇ ਦੀ ਧੁੰਦਲੀ ਜਿਹੀ ਤਸਵੀਰ ਅਜੇ ਵੀ ਮੇਰੀਆਂ ਅੱਖਾਂ ਅੱਗੇ ਤੈਰ ਜਾਂਦੀ ਹੈ ਜਾਣ ਤੋਂ ਪਹਿਲਾਂ ਉਸ ਮੈਨੂੰ ਇੱਕ ਆਨਾ ਤੋਹਫੇ ਵਿੱਚ ਦਿੱਤਾ ਸੀ ਇੱਕ ਸਾਲ ਮਗਰੋਂ ਸਕਾਰਦੋ ਉੱਤੇ ਪਾਕਿਸਤਾਨ ਨੇ ਕਬਜ਼ਾ ਕਰ ਲਿਆ ਅਤੇ ਕਾਗਾ ਹਮੇਸ਼ਾ ਦੇ ਲਈ ਉਹ ਥਾਂ ਦਾ ਵਸਿੰਦਾ ਹੋ ਗਿਆ ਉਹ ਇਕੱਲਾ ਨਹੀਂ ਸੀ ਹੋਰ ਵੀ ਲਦਾਖੀ ਸਰਕਾਰ ਦੇ ਮੁਲਾਜ਼ਮ ਉੱਥੇ ਫਸੇ ਸਨ ਅੱਜ ਵੀ ਉਹਨਾਂ ਵਿੱਚੋਂ ਕੁਝ ਨਾਂ ਮੈਨੂੰ ਚੇਤੇ ਹਨ मुंशी غلام محمد ਟਕ ਖੋਜਾ محمد ਇਕਬਾਲ मुंशी अब्दुल حمید ਸੋਨਮ ਤਸੇਰੀਂ ਸੋਨਮ ਤਾਸੀ ਮੁਨਸੀ ਅਬਦੁਲਸਲਾਮ ਸ਼ੁਰੂ-ਸ਼ੁਰੂ ਵਿੱਚ ਉਹ ਇਸ ਆਸ ਨਾਲ ਜਿਉਂਦੇ ਸਨ ਕਿ ਛੇਤੀ ਹੀ ਰਹਾ ਕਰਕੇ ਉਹਨਾਂ ਦਾ ਆਪਣੇ ਅਲਜੀਜ਼ਾ ਨਾਲ ਮੇਲ ਕਰਾ ਦਿੱਤਾ ਜਾਵੇਗਾ। ਇਧਰਲੇ ਪਾਸੇ ਵੀ ਸਾਡੀ ਆਸ ਸੀ ਕਿ ਉਹਨਾਂ ਦੀ ਵਾਪਸੀ ਦਾ ਕੋਈ ਰਾਹ ਖੁੱਲ ਜਾਏਗਾ। ਅਸੀਂ ਅਮਾ ਨੂੰ ਅਤੇ ਆਪਣੀ ਭਾਬੀ ਅਜੇ ਸਫੀਆ ਨੂੰ ਹੌਸਲਾ ਦਿੰਦੇ ਕਿ ਕਾਗਾ ਛੇਤੀ ਪਰਤ ਆਏਗਾ। ਇਸੀ ਤਰ੍ਹਾਂ ਕਰਦਿਆਂ ਕਰਦਿਆਂ 2 ਸਾਲ ਲੰਘ ਗਏ ਪਹਿਲਾਂ ਪਹਿਲਾਂ ਤਾਂ ਚਿੱਠੀ ਪੱਤਰ ਭੇਜਣ ਦਾ ਕੋਈ ਰਾਹ ਨਹੀਂ ਸੀ ਹੁੰਦਾ ਕਦੇ ਇੱਕ ਦਾਈ ਖਬਰ ਮਿਲ ਮਿਲ ਜਾਣੀ ਕਿ ਕਾਗਾ ਠੀਕ ਠਾਕ ਹੈ ਫਿਰ ਹੌਲੀ ਹੌਲੀ ਦੋਹਾਂ ਮੁਲਕਾਂ ਦਰਮਿਆਨ ਚਿੱਠੀ ਪੱਤਰ ਚੱਲ ਪਈ ਚੰਗੀਆਂ ਅਤੇ ਮਾੜੀਆਂ ਖਬਰਾਂ ਦਿੱਤੀਆਂ ਲਈਆਂ ਜਾਂਦੀਆਂ ਸਭ ਤੋਂ ਪਹਿਲਾਂ ਜਿਸ ਨੂੰ ਦੁੱਖ ਭਰੀ ਖਬਰ ਮਿਲੀ ਉਹ ਸੀ मुंशी गुलाम मोहम्मद ਜਿਸ ਦੀ ਘਰ ਵਾਲੀ ਲੇਹ ਵਿੱਚ ਗੁਜ਼ਰ ਗਈ ਸੀ ਜਦੋਂ ਉਹ ਚਿੱਠੀ ਪੁੱਜੀ ਸੀ ਤਾਂ मुंशी ਉਹਦੋ ਇਕੱਲਾ ਹੀ ਸੀ ਉਸ ਨੂੰ ਹੌਸਲਾ ਜਾਂ ਹਮਦਰਦੀ ਦੇਣ ਵਾਲਾ ਕੋਈ ਵੀ ਹਾਜ਼ਰ ਨਹੀਂ ਸੀ ਰੋਂਦੇ ਰੋਂਦੇ ਨੇ ਉਸ ਆਪਣੇ ਮਿੱਤਰਾਂ ਦੀ ਭਾਲ ਕੀਤੀ ਤਾਂ ਜੋ ਦੱਸ ਸਕੇ ਕਿ ਕੀ ਵਾਪਰ ਗਿਆ ਸੀ ਇਸ ਤਰਸਦੀ ਤੋਂ ਬਾਅਦ ਉਹਨਾਂ ਆਪਸ ਵਿੱਚ ਇਹੋ ਤੈਅ ਕੀਤਾ ਕੇ ਨਿੱਜੀ ਚਿੱਠੀਆਂ ਸਿੱਧੀਆਂ ਨਹੀਂ ਲੈਣੀਆਂ ਦਾ ਕੀ ਇਹ ਖਾਤਰ Munshi Ghulam Muhammad ਤੱਕ ਫਿਰ ਬਣ ਗਿਆ Munshi Abdul Hamid دین محمد ਬਣ ਗਿਆ ਖੋਜਾ محمد اقبال ਖੋਜਾ محمد اقبال ਬਣ ਗਿਆ ਸੋਨਮ ਤਰੇਸ਼ਿੰਗ ਸਾਡੇ ਸੁਨੇਹੇ ਉਹਨਾਂ ਲਈ ਉਹਨਾਂ ਦੁੱਖਾਂ ਦਾ ਚਿੰਨ ਬਣ ਗਏ ਜਿਹੜੇ ਸਕਾਰਦੋ ਵਿੱਚ ਉਹਨਾਂ ਜਲਾਵਤਨਾਂ ਨੂੰ ਜਾਪਦਾ ਸੀ ਕਿ ਅਖੀਰ ਤੱਕ ਝੱਲਣੇ ਹੀ ਪੈਣੇ ਸਨ ਤਾਉ ਚਿੱਠੀਆਂ ਦੇ ਆਉਣ ਤੇ ਠਠੰਬਰ ਜਾਂਦੇ ਦਰਦੇ ਕਿ ਪਰਵਾਦ ਦੇ ਜੀਆਂ ਦੀ ਕੋਈ ਮਾੜੀ ਖਬਰ ਨਾ ਮਿਲ ਜਾਏ ਵਿੱਚ ਵਿੱਚ ਚਿੱਠੀਆਂ ਵਿੱਚ ਖੁਸ਼ੀਆਂ ਦਾ ਵੀ ਪਤਾ ਲੱਗਦਾ ਰਹਿੰਦਾ ਫਲਾਣੇ ਫਲਾਣੇ ਦੇ ਘਰ ਬਾਲ ਹੋਇਆ ਹੈ ਅਸਗਰ ਨੂੰ ਮੈਡੀਕਲ ਵਿੱਚ ਸੀਟ ਮਿਲ ਗਈ ਹੈ ਅਨੀਸ਼ ਨੇ ਇੰਜੀਨੀਅਰਿੰਗ ਕਾਲਜ ਵਿੱਚ ਦਾਖਲਾ ਲੈ ਹੀ ਲਿਆ ਹੈ ਜਮੀਨਲਾ ਦੇ ਮੁੰਡੇ ਦੀ ਨੌਕਰੀ ਲੱਗ ਗਈ ਹੈ ਤੁਫੇਲ ਨੇ ਨਵਾਂ ਘਰ ਪਾ ਲਿਆ ਹੈ ਵਗੈਰਾ ਵਗੈਰਾ ਕਾਕਾ ਦੀਆਂ ਚਿੱਠੀਆਂ ਸਾਡੀਆਂ ਤਕਲੀਫਾਂ ਮਾਰੀਆਂ ਰੂਹਾਂ ਨੂੰ ਠੰਡ ਪਾਉਂਦੀਆਂ ਕਿ ਉਹ ਜਿਉਂਦਾ ਹੈ ਅਤੇ ਠੀਕ ਠਾਕ ਇੱਕ ਦਿਨ ਕਾਕਾ ਨੇ ਆਪਣੀ ਘਰਵਾਲੀ ਸਫੀਆ ਲਈ ਤਲਾਕ ਦੇ ਕਾਗਜ਼ ਭੇਜੇ ਇੱਕ ਲੰਮੀ ਸਾਰੀ ਚਿੱਠੀ ਦੇ ਨਾਲ ਉਸ ਲਿਖਿਆ ਸੀ ਸਫੀਆ ਰੱਬ ਜਾਣੇ ਅਸੀਂ ਕਦੇ ਫਿਰ ਮਿਲਣਾ ਵੀ ਹੈ ਕਿ ਨਹੀਂ ਪਰ ਇਹ ਦੂਰ ਦੂਰ ਤੱਕ mumkin ਨਹੀਂ ਜਾਪਦਾ ਮੈਂ ਪਿਛਲੇ 6 ਸਾਲ ਤੇਰੀਆਂ ਯਾਦਾਂ ਸੰਗ ਜਿਉਂਦਾ ਰਿਹਾ ਹਾਂ ਹਰ ਪਲ ਇਹੋ ਸੁਪਨਾ ਲੈਂਦਾ ਕਿ ਤੈਨੂੰ ਮਿਲਣਾ ਹੈ ਪਰ ਤੂੰ ਕਿੰਨਾ ਚਿਰ ਮੇਰਾ ਇੰਤਜ਼ਾਰ ਕਰੇਂਗੀ ਮੈਂ ਭਾਰੇ ਦਿਲ ਨਾਲ ਇਹ ਤਲਾਕ ਦੇ ਕਾਗਜ਼ ਤੈਨੂੰ ਭੇਜ ਰਿਹਾ ਹਾਂ ਤੂੰ ਅਜੇ ਵੀ ਜਵਾਨ ਤੇ ਖੂਬਸੂਰਤ ਹੈਂ ਤੈਨੂੰ ਕੋਈ ਚੰਗਾ ਆਦਮੀ ਮਿਲ ਜਾਏਗਾ ਜੋ ਤੈਨੂੰ ਆਪਣੀ ਜੀਵਨ ਸਾਥਣ ਬਣਾ ਲਏਗਾ ਇਸ ਤੋਂ ਕੋਈ 1 ਸਾਲ ਬਾਅਦ ਕਾਗਾ ਨੇ ਆਪਣੇ ਨਿਕਾਹ ਦਾ ਐਲਾਨ ਕਰਦੀ ਇੱਕ ਹੋਰ ਚਿੱਠੀ ਭੇਜੀ ਉਦਾਸੀ ਵਾਲੀ ਗੱਲ ਇਹ ਕਿ ਜਿਸ ਦਿਨ ਇਹ ਚਿੱਠੀ ਸਾਨੂੰ ਮਿਲੀ ਉਸੇ ਦਿਨ ਸਾਡੇ ਪਿਤਾ ਚਲਵਸੇ ਸਨ ਕਾਗਾ ਨੂੰ ਭੇਜੀ ਇਸ ਉਦਾਸ ਖਬਰ ਵਾਲੀ ਚਿੱਠੀ ਖੋਜਾ ਮੁਹੰਮਦ ਇਕਬਾਲ ਨੇ ਲਈ ਇੱਕ ਦਿਨ ਕਾਗਾ ਨੇ ਆਪਣੀ ਖਿੜਕੀ ਵਿੱਚੋਂ ਕੀ ਵੇਖਿਆ ਕਿ ਉਸ ਦੇ ਕੁਝ ਮਿੱਤਰ ਹੌਲੀ-ਹੌਲੀ ਉਸ ਦੇ ਘਰ ਵੱਲ ਤੁਰੇ ਆ ਰਹੇ ਸੀ ਇਹ ਅੱਜ ਕਿਉਂ ਆ ਰਹੇ ਹਨ ਉਹ ਕੁਝ ਹੈਰਾਨ ਸੀ ਆਮ ਤੌਰ ਤੇ ਇਕੱਠੇ ਤਾਂ ਇਹ ਈਦ ਤੇ ਹੀ ਮਿਲਣ ਆਉਂਦੇ ਸਨ ਪਰ ਅੱਜ ਤਾਂ ਈਦ ਨਹੀਂ ਜ਼ਰੂਰ ਹੈ ਕੋਈ ਅਣਸੁਖਾਵੀ ਖਬਰ ਲਿਆ ਰਹੇ ਹਨ ਉਸ ਦਾ ਦਿਲ ਉਸ ਦੀ ਛਾਤੀ ਵਿੱਚ ਜ਼ੋਰ-ਜ਼ੋਰ ਦੀ ਵੱਜਣ ਲੱਗਾ ਰੱਬ ਮਿਹਰ ਕਰੇ ਮੇਰੇ ਮਾਪੇ ਠੀਕ ਠਾਕ ਹੋਣ ਉਸ ਨੇ ਮਨ ਹੀ ਮਨ ਦੁਆ ਕੀਤੀ ਉਸ ਦੇ ਮਿੱਤਰ ਘਰ ਵਿੱਚ ਬੜੇ ਅੱਗੇ-ਅੱਗੇ ਮੁਨਸੀ ਮੁਹੰਮਦ ਗੁਲਾਮ ਸੀ ਕਾਗਾ ਨੇ ਖਬਰ ਸੁਣੀ ਜਿਸ ਦਾ ਉਸ ਨੂੰ ਸਭ ਤੋਂ ਵੱਧ ਡਰ ਸੀ ਉਹ ਹੋ ਗਿਆ ਸੀ ਇਸ ਤੋਂ ਡੇਢ ਮਹੀਨੇ ਬਾਅਦ ਸਾਨੂੰ ਅਫਸੋਸ ਦੀ ਚਿੱਠੀ ਮਿਲੀ ਕਾਸ਼ ਕਿ ਮੈਂ ਆਪ ਲੈ ਆ ਸਕਦਾ ਇਹ ਦੁੱਖ ਵੰਡਾਉਣ ਲਈ ਉਸ ਨੇ ਲਿਖਿਆ ਸੀ ਪਰ ਕਾਗਾ ਇੱਕ ਸਰਕਾਰੀ ਮੁਲਾਜ਼ਮ ਸੀ ਜੰਮੂ ਅਤੇ ਕਸ਼ਮੀਰ ਦਾ ਸੂਬਾ ਇੱਕ ਨਾਜ਼ੁਕ ਸਰਦੀ ਖੇਤਰ ਸੀ ਲੈ ਆਉਣ ਲਈ ਮਨਜ਼ੂਰੀ ਮਿਲਣੀ ਔਖੀ ਸੀ ਮੈਂ ਆਪ ਵੀ ਸਰਕਾਰੀ মিডিਆ ਨਾਲ ਜੁੜਿਆ ਹੋਇਆ ਸੀ ਮੇਰੇ ਅੱਗੇ ਵੀ ਉਹ ਮੁਸ਼ਕਲਾਂ ਸਰਕਾਰ ਤੋਂ ਜਾਣ ਲਈ ਅੜਕੇ ਪਾਉਂਦੀਆਂ ਸਨ 5 ਸਾਲਾਂ ਬਾਅਦ ਮਾਂ ਚਲ ਵਸੀ ਅਤੇ ਫਿਰ ਇੱਕ ਤੋਂ ਬਾਅਦ ਇੱਕ ਕਰਕੇ ਚਾਚੀਆਂ ਤਾਈਆਂ ਗੱਲ ਕੀ ਸਾਰੇ ਬਜ਼ੁਰਗ ਅਤੇ ਮਿੱਤਰ ਫਿਰ ਇੱਕ ਬਹਾਰ ਦੀ ਰੁੱਤੇ ਜਦੋਂ ਲੇਹ ਦੇ ਖੇਤਾਂ ਵਿੱਚ ਆਇਰਸ ਅਤੇ ਹੌਲੀ ਕਾਕ ਖਿੜੇ ਹੋਏ ਸਨ ਸਾਨੂੰ ਇੱਕ ਖੱਤ ਮਿਲਿਆ ਕਾਗਾ ਦਾ ਖੁਸ਼ੀ-ਖੁਸ਼ੀ ਇਹ ਐਲਾਨ ਕਰਦਾ ਕਿ ਉਸ ਦੇ ਘਰ ਇੱਕ ਨਵਾਂ ਜੀ ਆ ਗਿਆ ਹੈ ਕੁੜੀ ਦਾ ਨਾਮ ਜ਼ਕੀਆ ਹੈ ਅਚੇ ਜ਼ੋਹਰਾ ਨੇ ਸਾਨੂੰ ਸਾਰਿਆਂ ਨੂੰ ਆਪਣੀ ਸਲਾਮ ਭੇਜੀ ਜਦੋਂ ਇੱਕ ਸਾਲ ਪੂਰਾ ਹੋਇਆ ਕਾਗਾ ਨੇ ਇੱਕ ਹੋਰ ਬੱਚੀ ਦੀ ਖਬਰ ਭੇਜੀ ਉਸ ਦਾ ਨਾਮ ਜ਼ਕੀਆ ਸੀ 1965 ਵਿੱਚ ਅਚਾਨਕ ਚਿੱਠੀ ਪੱਤਰੀ ਬੰਦ ਕਰ ਦਿੱਤੀ ਗਈ ਜਦੋਂ ਹਿੰਦੁਸਤਾਨ ਅਤੇ ਪਾਕਿਸਤਾਨ ਵਿਚਾਲੇ ਜੰਗ ਛਿੜ ਪਈ 1971 ਦੀ ਜੰਗ ਤੋਂ ਬਾਅਦ ਵੀ ਇਹੋ ਜਿਹੇ ਹਾਲਾਤ ਬਣ ਗਏ ਜਦੋਂ ਅਖੀਰ ਜਾ ਕੇ ਚਿੱਠੀ ਪੱਤਰੀ ਬਹਾਲ ਹੋਈ ਸਾਨੂੰ ਪਤਾ ਲੱਗਾ ਕਿ ਜ਼ਕੀਆ 10ਵੀਂ ਜਮਾਤ ਵਿੱਚ ਪੜਦੀ ਹੈ ਕਿ ਜ਼ਰੀਨਾ ਨੇ 8ਵੀਂ ਦਾ ਇਮਤਿਹਾਨ ਪਾਸ ਕਰ ਲਿਆ ਹੈ ਅਤੇ ਪਰਿਵਾਰ ਵਿੱਚ ਦੋ ਹੋਰ ਜੀ ਆ ਗਏ ਹਨ ਫਖਰਉਦਦੀਨ ਅਤੇ ਮੁਹੰਮਦ ਨਈਮ ਹੁਣ ਚਿੱਠੀਆਂ ਵਿੱਚ ਕਾਗਾ ਉਸਦੀ ਘਰ ਵਾਲੀ ਅਤੇ ਚਾਰ ਬੱਚਿਆਂ ਦੇ ਸਲਾਮ ਅਤੇ ਖੈਰੀ ਭਸਣ ਦੇ ਪੇਗਾਮ ਆਉਂਦੇ ਸਮੇਂ ਦੀਆਂ ਸੂਈਆਂ ਚਲਦੀਆਂ ਰਹੀਆਂ ਸਮਾਂ ਪੈਂਦਾ ਗਿਆ ਦਿਨ ਹਫ਼ਤਿਆਂ ਵਿੱਚ ਬਦਲਦੇ ਗਏ ਹਫ਼ਤੇ ਮਹੀਨਿਆਂ ਵਿੱਚ ਅਤੇ ਮਹੀਨੇ ਸਾਲਾਂ ਵਿੱਚ ਫਿਰ ਇੱਥੋਂ ਚਲੇ ਜਾਣ ਦੇ 38 ਸਾਲਾਂ ਬਾਅਦ ਕਾਗਾ ਨੇ ਇੱਕ ਦਿਨ ਲਿਖ ਕੇ ਭੇਜਿਆ ਕਿ ਉਹ ਲੇ ਆ ਰਿਹਾ ਹੈ ਜਦੋਂ ਅਸੀਂ ਸੁਣਿਆ ਕਿਉਂ ਇਸਲਾਮਾਬਾਦੋਂ ਦਿੱਲੀ ਆ ਪੁੱਜਾ ਹੈ ਅਸੀਂ ਮਨੋਂ ਮਨ ਦੁਆ ਕੀਤੀ ਕਿ ਅਗਲੇ ਦਿਨ ਮੌਸਮ ਸਾਫ਼ ਰਹੇ ਤਾਂ ਜੋ ਰਾਜਧਾਨੀ ਤੋਂ ਲੇ ਦੀ ਉਡਾਨ ਰੱਦ ਨਾ ਹੋ ਜਾਏ ਤਿੰਨ ਟੈਕਸੀਆਂ ਰਿਸ਼ਤੇਦਾਰਾਂ ਅਤੇ ਕਾਗਾ ਦੇ ਮਿੱਤਰਾਂ ਦੀਆਂ ਭਰ ਕੇ ਅਸੀਂ ਹਵਾਈ ਅੱਡੇ ਪੁੱਜੇ ਚਾਈ ਚਾਈ ਅਸੀਂ ਦੇਖਿਆ ਕਿ ਇਸ ਹੱਦੇ ਤੇ ਬੋਇੰਗ ਪ੍ਰਗਟ ਹੋ ਕੇ ਹਵਾਈ ਜਹਾਜ਼ਾਂ ਦੇ ਉਤਰਨ ਵਾਲੀ ਸੜਕ ਤੇ ਉਤਰ ਗਿਆ ਹੈ ਕਾਗਾ ਨੇ ਸਵਾਗਤੀ ਹਾਲ ਵਿੱਚ ਕਦਮ ਰੱਖਿਆ ਜੇ ਅਸੀਂ ਅਜੇ ਹੁਣੇ ਜਿਹੇ ਉਸਦੀ ਫੋਟੋ ਨਾ ਦੇਖੀ ਹੁੰਦੀ ਜੋ ਉਸਨੇ ਸਾਨੂੰ ਪਹਿਲਾਂ ਹੀ ਭੇਜ ਦਿੱਤੀ ਸੀ ਸਾਨੂੰ ਉਸ ਨੂੰ ਪਛਾਣਨ ਵਿੱਚ ਮੁਸ਼ਕਲ ਆਉਣੀ ਸੀ ਕਿੰਨੇ ਹੀ ਸਾਲ ਬੀਤ ਗਏ ਸਨ ਜਦੋਂ ਗਿਆ ਸੀ ਉਹ ਇੱਕ ਲਾੜਾ ਸੀ ਅਤੇ ਪਰਤਿਆ ਸੀ ਨਾਨਾ ਬਣ ਕੇ ਸਭ ਦੀ ਉਸ ਨਾਲ ਵਕਫੀ ਕਰਾਈ ਗਈ ਅਸੀਂ ਸਾਰੇ ਹੀ ਬਹੁਤ ਭਾਵਕ ਹੋ ਗਏ ਸਾਡੀਆਂ ਅੱਖਾਂ ਹੰਝੂਆਂ ਨਾਲ ਤਰਸਨ ਕਿੰਨੇ ਅਜੀਬ ਜੀਵ ਹੁੰਦੇ ਹਨ ਇਨਸਾਨ ਵੀ ਅਸੀਂ ਤਕਲੀਫ ਵਿੱਚ ਵੀ ਅਤੇ ਹੱਦੋਂ ਵੱਧ ਖੁਸ਼ੀ ਵਿੱਚ ਵੀ ਅਥਰੂ ਘੇਰਦੇ ਹਾਂ ਟੈਕਸੀ ਲੈਵਲ ਨੂੰ ਜਾ ਰਹੀ ਸੀ ਬੜਾ ਬਦਲ ਗਿਆ ਹੈ ਲੈ ਕਾਗਾ ਨੇ ਆਖਿਆ ਹਵਾਈ ਅੱਡੇ ਤੋਂ ਅੱਗੇ ਆ ਕੇ ਸੜਕ ਦੇ ਦੋਹੇ ਪਾਸੇ ਬਣੇ ਘਰਾਂ ਨੂੰ ਦੇਖਦਿਆਂ ਇਹ ਥਾਂ ਤਾਂ ਪੂਰੀ ਉਜਾੜ ਹੁੰਦੀ ਸੀ لوکاں ਕਹਿਣਾ ਇੱਥੇ ਭੂਤਾਂ ਦਾ ਵਾਸਾ ਹੈ ਹਨੇਰਾ ਪੈਣ ਤੋਂ ਬਾਅਦ ਇੱਥੇ ਤੁਰਨ ਫਿਰਨ ਤੋਂ ਡਰਦੇ ਹੁੰਦੇ ਸਨ ਸਾਡੇ ਵਿੱਚੋਂ ਕੋਈ ਵੀ ਨਹੀਂ ਸੀ ਸੋਚ ਸਕਦਾ ਸੁਪਨੇ ਵਿੱਚ ਵੀ ਨਹੀਂ ਕਿ ਕਦੇ ਇੱਥੇ ਰਿਹਾਇਸ਼ੀ ਮੁਹੱਲੇ ਹੋਣਗੇ ਕਾਗਾ ਦਾ ਮਿੱਤਰ ਕਹਿ ਰਿਹਾ ਸੀ ਕਾਗਾ ਬੜੇ ਚਿਰ ਤੋਂ ਸੁਣਦਾ ਆ ਰਿਹਾ ਸੀ ਕਿ ਲੇ ਬਦਲਦਾ ਜਾ ਰਿਹਾ ਹੈ ਹੁਣ ਉਹ ਆਪਣੀਆਂ ਅੱਖਾਂ ਨਾਲ ਆਈਆਂ ਹੋਈਆਂ ਤਬਦੀਲੀਆਂ ਨੂੰ ਦੇਖ ਸਕਦਾ ਸੀ ਬਦਲ ਤਾਂ ਸਕਾਰਦੋ ਵੀ ਗਿਆ ਸੀ ਪਿਛਲੇ ਕੁਝ ਦਿਹਾਕਿਆਂ ਤੋਂ ਬਿਜਲੀ ਟੂਟੀਆਂ ਵਿੱਚ ਪਾਣੀ ਅਤੇ ਫਿਲਮਾਂ ਦੋਹਾਂ ਖਿੱਤਿਆਂ ਵਿੱਚ ਆ ਗਈਆਂ ਸਨ ਦੋਹਾਂ ਵਿੱਚ ਰੇਡੀਓ ਸਟੇਸ਼ਨ ਅਤੇ ਕਾਲਜ ਬਣ ਗਏ ਸਨ ਸਾਡੇ ਘਰ ਪੁੱਜਣ ਸਾਰ ਹੀ ਬੜੇ ਲੋਕ ਕਾਗਾ ਨੂੰ ਮਿਲਣ ਆਏ ਦੀਨ ਮੁਹੰਮਦਾ ਮੈਨੂੰ ਪਛਾਣਿਆ ਇੱਕ ਆਉਣ ਵਾਲੇ ਨੇ ਪੁੱਛਿਆ ਕਾਗਾ ਨੇ ਉਸ ਨੂੰ ਨੀਜ ਨਾਲ ਦੇਖਿਆ ਨਹੀਂ ਪਛਾਣਿਆ ਮੈਂ ਅਹਿਮਦਦੀਨ ਹਾਂ ਨਿਹਾਲ ਹੋ ਕੇ ਉੱਚੀਆਂ ਚਹਿਕਦੀਆਂ ਆਵਾਜ਼ਾਂ ਕੱਢਦਿਆਂ ਹੋਇਆਂ ਦੋਨੋਂ ਮਿੱਤਰਾਂ ਨੇ ਜੱਫੀ ਪਾ ਲਈ ਤੇਰੇ ਭਰਾ ਅਮੀਰਦੀਨ ਦਾ ਕੀ ਹਾਲ-ਚਾਲ ਹੈ ਕਾਗਾ ਨੇ ਪੁੱਛਿਆ ਜਦੋਂ ਉਹ ਕੁਝ ਸੰਭਲੇ ਉਹ ਤਾਂ 6 ਮਹੀਨੇ ਹੋਏ ਹਨ ਗੁਜ਼ਰ ਗਿਆ ਹੈ ਅਹਿਮਦਦੀਨ ਦੇ ਚਿਹਰੇ ਤੇ ਡੂੰਗੀ ਉਦਾਸੀ ਛਾ ਗਈ ਸੀ ਦੀਨ ਮੁਹੰਮਦਾ ਸਾਡੇ ਬਹੁਤੇ ਮਿੱਤਰ ਹੁਣ ਇਸ ਦੁਨੀਆ 'ਚ ਨਹੀਂ ਰਹੇ ਸਿਰਫ ਗੁਲਾਮ ਸੁਲਤਾਨ ਮੁੰਸੀ ਨਬੀ ਸਤੋਵਦਨ ਅਤੇ ਨੂਰਦੀਨ ਜਿਉਂਦੇ ਹਨ ਮੌਤਾਂ ਦੀਆਂ ਖਬਰਾਂ ਮਿਲਦੀਆਂ ਸਨ ਤਾਂ ਮੈਂ ਅਫਸੋਸਿਆ ਜਾਂਦਾ ਸੀ ਕਾਕਾ ਨੇ ਆਪਣੇ ਦੋਹੇ ਹੱਥ ਡੂੰਗੀ ਤਕਲੀਫ ਵਿੱਚ ਮਲੇ ਮੈਂ ਸੋਚਣਾ ਮੇਰੇ ਖੰਭ ਹੁੰਦੇ ਤਾਂ ਚੰਗਾ ਹੁੰਦਾ ਉੱਡ ਕੇ ਆ ਜਾਂਦਾ ਮੈਂ ਅੱਲਾ ਦਾ ਸ਼ੁਕਰ ਹੈ ਕਿ ਅਸੀਂ ਆਪਣੀ ਮੌਤ ਤੋਂ ਪਹਿਲਾਂ ਇੱਕ ਦੂਜੇ ਨੂੰ ਮਿਲ ਲਿਆ ਹੈ। ਅਹਿਮਦਦੀਨ ਨੇ ਕਿਹਾ, "ਕਈ ਵਾਰ ਮੈਂ ਡਰ ਜਾਣਾ ਹੈਮਦ ਕਿ ਇਸ ਜ਼ਿੰਦਗੀ ਵਿੱਚ ਮੋੜ ਲਦਾਖ ਨਹੀਂ ਦੇਖਣਾ।" ਕਾਗਾ ਨੇ ਕਿਹਾ, "ਇਹ پرویز احمد ਹੈ। ਇਹ ਇੰਜੀਨੀਅਰ ਹੈ। ਕਿਸ ਨੇ ਇੱਕ ਨੌਜਵਾਨ ਦੀ ਵਾਕਫੀ ਕਰਾਈ।" ਕਾਗਾ ਉਸ ਨੌਜਵਾਨ ਵੱਲ ਖਾਲੀ ਜਿਹਾਂ ਤੱਕਣ ਲੱਗਾ, ਜਿਵੇਂ ਕੁਝ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਇਹ ਮਰਹੂਮ ਅਕਬਰ ਸ਼ਾਹ ਦਾ ਮੁੰਡਾ ਹੈ। ਅੱਛਾ ਅੱਛਾ ਇਹ ਤਾਂ ਮੇਰੇ ਸਕਾਰ ਤੋਂ ਜਾਣਦੇ ਕਈ ਸਾਲ ਬਾਅਦ ਜੰਮਿਆ ਸੀ। ਕਾਗਾ ਨੇ ਚਾਹ ਵਿੱਚ ਆ ਕੇ ਕਿਹਾ ਉਸ ਨੇ ਨੌਜਵਾਨ ਨੂੰ ਮੁੱਖ ਅਤਿਵ ਹੁੰਦੇ ਕਿਹਾ ਤੇਰੇ ਮਰਹੂਮ ਅੱਬਾ ਨਾਲ ਮੇਰਾ ਨਿੱਘਾ ਰਿਸ਼ਤਾ ਸੀ। ਉਸ ਦੇ ਫੌਤ ਹੋਣ ਦੀ ਖ਼ਬਰ ਮਿਲ ਗਈ ਸੀ ਮੈਨੂੰ ਸਕਾਰ ਤੋਂ ਵਿੱਚ। ਹੁਣੇ-ਹੁਣੇ ਆਏ ਇੱਕ ਜਣੇ ਨੇ ਕਾਗਾ ਨੂੰ ਜੱਫੀ ਪਾ ਲਈ। ਗੁਲਾਮ ਰਸੂਲ ਹੈ ਹੈਨਾ ਕਾਗਾ ਨੇ ਪੁੱਛਿਆ ਆਹੋ ਕੋਈ ਆ ਤੂੰ ਮੈਨੂੰ ਸਹੀ ਪਛਾਣਿਆ ਦੀਨ ਮੁਹੰਮਦ ਤੇਰੇ ਦੋ ਨਿੱਕੇ ਨਿੱਕੇ ਵਾਲ ਸਨ ਹੁਣ ਕਿੱਥੇ ਹਨ ਤੇਰੀਆਂ ਅਸੀਸਾਂ ਨਾਲ ਦੋਵੇਂ ਮੇਰੇ ਨਾਲ ਹੀ ਹਨ ਕਾਦਰ ਦੇ ਚਾਰ ਮੁੰਡੇ ਹਨ ਉਹ ਆਪਣਾ ਹੋਟਲ ਚਲਾਉਂਦਾ ਹੈ ਅਖਤਰ ਕੰਟਰੈਕਟਰ ਹੈ ਉਸਦੇ ਦੋ ਮੁੰਡੇ ਹਨ ਵਧਾਈਆਂ ਹੁਣ ਦੱਸ ਤੂੰ ਸਾਡੇ ਘਰ ਕਦੋਂ ਆਏਂਗਾ ਇਨਸ਼ਾਅੱਲਾ ਜ਼ਰੂਰ ਛੇਤੀ ਹੀ ਆਵਾਂਗਾ ਗੁਲਾਮ ਰਸੂਲ ਉੱਥੋਂ ਜਾ ਚੁੱਕਾ ਸੀ ਤੇ ਕਾਗਾ ਨੇ ਕਿਹਾ ਇਸ ਦਾ ਪਰਿਵਾਰ ਬੜਾ ਗਰੀਬ ਹੁੰਦਾ ਸੀ ਤਕਰੀਬਨ ਭੁੱਖਮਰੀ ਦਾ ਹਾਲ ਸੀ ਹੁਣ ਤਾਂ ਇਹ ਬੜਾ ਸਰਦ ਦਾ ਪੁੱਜਦਾ ਲੱਗਦਾ ਹੈ ਇਹ ਤਾਂ ਸੱਚੀ ਬਾਵਾ ਮੀਰ ਹੈ ਹੁਣ ਅਹਿਮਦਦੀਨ ਸਹਿਮਦ ਸੀ ਇਹਨਾਂ ਦੇ ਦੋ ਟਰੱਕ ਅਤੇ ਟੈਕਸੀਆਂ ਵੀ ਹਨ ਪਿਛਲੇ 38 ਸਾਲਾਂ ਵਿੱਚ ਬਹੁਤ ਕੁਝ ਬਦਲ ਗਿਆ ਹੈ ਅਚਾਨਕ ਗੁਲਾਮ ਸੁਲਤਾਨ ਨੇ ਵੀ ਆਖਿਆ ਕਾਗਾ ਨੇ ਹਾਂ ਵਿੱਚ ਸਿਰ ਹਿਲਾਇਆ ਸਕਾਰਦੋ ਵਿੱਚ ਵੀ ਐਸੇ ਤਰ੍ਹਾਂ ਹੈ ਸਕਾਰਦੋ ਵਿੱਚ ਰਹਿ ਰਹੇ ਆਪਣੇ ਪਿਆਰਿਆਂ ਦੀ ਜਾਣਕਾਰੀ ਲੱਭਦੇ ਲੋਕ ਵੀ ਕਾਗਾ ਨੂੰ ਮਿਲਣ ਆਉਂਦੇ ਰਹੇ मुंशी ਗੁਲਾਮ ਮੁਹੰਮਦ ਦਾ ਨਿਕਾਪਰਾ ਮਿਲਣ ਆਇਆ ਅਤੇ ਉਸ ਆਪਣੇ ਭਰਾ ਦਾ ਹਾਲਚਲ ਪੁੱਛਿਆ ਉਹ ਠੀਕ ਠਾਕ ਹੈ ਅਤੇ ਉਸ ਤੁਹਾਡੇ ਸਾਰਿਆਂ ਲਈ ਕੁਝ ਚਿੱਠੀਆਂ ਅਤੇ ਤੋਹਫੇ ਲਾਏ ਹਨ ਇੱਕ ਬਜ਼ੁਰਗ ਨੇ ਕਿਸੇ ਅਬਦੁਲ ਖਾਲਿਦ ਬਾਰੇ ਜਾਨਣਾ ਚਾਹਿਆ ਮੈਂ ਸੁਣਿਆ ਤਾਂ ਹੈ ਕਿ ਉਹ ਕਰਾਚੀ ਹੁੰਦਾ ਹੈ ਕਾਗਾ ਨੇ ਦੱਸਿਆ ਅਸੀਂ 15-20 ਸਾਲਾਂ ਤੋਂ ਮਿਲੇ ਨਹੀਂ ਆ ਸੋਨਮ ਤਰੇਸ਼ਿੰਘ ਦੇ ਅੱਬੇ ਨੇ ਆ ਕੇ ਆਪਣੇ ਪੁੱਤਰ ਬਾਰੇ ਪੁੱਛਿਆ ਉਹ ਚੰਗੇ ਹਾਲੀ ਹੈ ਕਾਗਾ ਨੇ ਹੌਸਲਾ ਦਿੱਤਾ ਬਲਤੀਸਤਾਨ ਵਿੱਚ ਗਨੋਕ ਨਾਂ ਦਾ ਪਿੰਡ ਹੈ ਉਹ ਆਪਣੀ بیوی ਬੱਚਿਆਂ ਨਾਲ ਉੱਥੇ ਰਹਿੰਦਾ ਹੈ ਕਦੇ-ਕਦੇ ਸਕਾਰ ਤੋਂ ਆਉਂਦਾ ਹੁੰਦਾ ਹੈ ਕੁਝ ਨਾ ਕੁਝ ਖਰੀਦਣ ਪਰ ਪਿਛਲੇ 3-4 ਮਹੀਨੇ ਨਹੀਂ ਦੇਖਿਆ ਮੈਂ ਉਹਨੂੰ ਤੇਰੀ ਲਦਾਖ ਫੇਰੀ ਦਾ ਪਤਾ ਨਹੀਂ ਲੱਗਾ ਹੋਣਾ ਬਜ਼ੁਰਗ ਨੇ ਕੁਝ ਆਸ ਨਾਲ ਪੁੱਛਿਆ ਨਹੀਂ ਕਾਗਾ ਨੇ ਕਿਹਾ ਉਸ ਨੂੰ ਨਹੀਂ ਪਤਾ ਲੱਗਾ ਤੇਰੀ ਵਾਪਸੀ ਕਦੋਂ ਤੱਕ ਹੈ ਅਜੇ ਇੱਥੇ ਹੀ ਹਾਂ ਮੇਰੀ ਇੱਕ ਚਿੱਠੀ ਲੈ ਜਾਈ ਮਿਹਰਬਾਨੀ ਨਾਲ ਅਤੇ ਇੱਕ ਤੋਹਫਾ ਕਿਉਂ ਨਹੀਂ ਕਿਸੇ ਦਿਨ ਲੈ ਆਉਣਾ ਅਗਲੇ ਦਿਨ ਕਾਗਾ ਮੈਨੂੰ ਕਹਿੰਦਾ ਗਨੀ ਮੈਨੂੰ ਕਬਰਾਂ ਤੱਕ ਲੈ ਚੱਲ ਮੈਨੂੰ ਵਿਖਾ ਕੇ ਆ ਅੰਮਾ ਤੇ ਅੱਬੂ ਕਿੱਥੇ ਆਰਾਮ ਕਰ ਰਹੇ ਹਨ ਅਸੀਂ ਕਬਰਿਸਤਾਨ ਗਏ ਅਤੇ ਉਸ ਸਾਡੇ ਮਾਪਿਆਂ ਦੀਆਂ ਕਬਰਾਂ ਅੱਗੇ ਗੋਡੇ ਟੇਕੇ ਕੁਝ ਪਲਾਂ ਲਈ ਉਹਦੇ ਚਿਹਰੇ ਤੇ ਸਾਰੀ ਕਾਇਨਾਤ ਦਾ ਦੁੱਖ ਘੇਰਾਇਆ 38 ਸਾਲਾਂ ਬਾਅਦ ਉਹ ਆਪਣੇ ਪਿਤਰਾਂ ਦੀ ਥਾਂ ਪਰਤਿਆ ਸੀ ਅਤੇ ਅੱਗੇ ਮਿਲੀ ਸੀ ਇੱਕ ਓਪਰੀ ਓਪਰੀ ਲੱਗਦੀ ਬਦਲੀ ਹੋਈ ਥਾਂ ਉਸ ਦੀ ਲੰਮੀ ਗੈਰ ਹਾਜ਼ਰੀ ਵਿੱਚ ਅੱਬਾ ਤੇ ਅੰਮਾ ਦੁਨੀਆ ਛੱਡ ਗਏ ਸਨ ਕਿੰਨੀਆਂ ਹੀ ਯਾਦਾਂ ਜੁੜੀਆਂ ਹੋਈਆਂ ਸਨ ਇਸ ਥਾਂ ਦੇ ਨਾਲ ਹੰਝੂ ਉਸ ਦੀਆਂ ਅੱਖਾਂ ਵਿੱਚ ਤੈਰ ਰਹੇ ਸਨ ਅਤੇ ਉਸ ਦੇ ਬੁੱਲ ਕੰਬ ਰਹੇ ਸਨ ਮੈਨੂੰ ਉਸ ਦੇ ਦਿਲ ਵਿੱਚ ਚੱਲ ਰਹੀ ਬਹੁਤ ਹੀ ਵੱਡੀ ਕਸ਼ਮਕਸ਼ ਮਹਿਸੂਸ ਹੋ ਰਹੀ ਸੀ ਸ਼ਾਇਦ ਉਹ ਬੂਹੇ ਦੇ ਅੰਮੀ ਨੂੰ ਕਹਿ ਰਿਹਾ ਹੋਏ ਮੈਂ ਤੁਹਾਨੂੰ ਮਿਲ ਨਾ ਸਕਿਆ ਇਸ ਜ਼ਿੰਦਗੀ ਵਿੱਚ ਮੈਂ ਤੁਹਾਡੀ ਸੇਵਾ ਨਾ ਕਰ ਸਕਿਆ ਤੁਹਾਡੀ ਬਿਮਾਰੀ ਠਮਾਰੀ ਵਿੱਚ ਤੁਸੀਂ ਦੋਹਾਂ ਮੈਨੂੰ ਪਿਆਰ ਨਾਲ ਪਾਲਿਆ ਪੋਸਿਆ ਪਰ ਮੈਂ ਆਪਣਾ ਫਰਜ਼ ਨਾ ਨਿਭਾ ਸਕਿਆ ਤੁਹਾਡੇ ਲਾਡਾਂ ਦਾ ਮੈਂ ਕਿਵੇਂ ਕਰਜ਼ ਚੁਕਾਵਾਂ ਮੈਂ ਲਾਚਾਰ ਸੀ ਨਹੀਂ ਤਾਂ ਮੈਂ ਇਸ ਤਰ੍ਹਾਂ ਪਰੇ ਨਾ ਰਹਿੰਦਾ ਮਹੀਨਾ ਲੰਘਦੇ ਦਾ ਕਿਹੜਾ ਪਤਾ ਲੱਗਦਾ ਹੈ ਕਾਗਾ ਦਾ ਵੀਜ਼ਾ ਮੁੱਕਣ ਵਾਲਾ ਸੀ ਅਤੇ ਉਹ ਸਕਾਰ ਤੋਂ ਵਾਪਸ ਜਾਣ ਲਈ ਕਾਲਾ ਸੀ ਉਸ ਨੂੰ ਆਪਣਾ ਨਵਾਂ ਮੁਲਕ ਪਿਆਰਾ ਸੀ ਜਿੱਥੇ ਉਸਦੇ ਬੱਚੇ ਸਨ ਅਤੇ ਜਿੱਥੇ ਰਹਿੰਦੇ ਸਨ ਉਸਦੇ ਨਵੇਂ ਰਿਸ਼ਤੇਦਾਰ ਅਤੇ ਮਿੱਤਰ ਬੇਲੀ ਅਸੀਂ ਉਸ ਨੂੰ ਛੱਡਣ ਲਈ ਹਵਾਈ ਅੱਡੇ ਗਏ ਉਹ ਆਪਣੇ ਨਾਲ ਫੋਟੋਆਂ ਲੈ ਗਿਆ ਆਪਣੇ ਆ ਪਿਆਰਿਆਂ ਦੀ ਹੁਣ ਤੈਨੂੰ ਵੀਜ਼ਾ ਮਿਲਣ ਵਿੱਚ ਮੁਸ਼ਕਲ ਨਹੀਂ ਆਉਣ ਲੱਗੀ। ਛੇਤੀ ਆਵੀ ਅਤੇ ਜ਼ੋਰਾ ਨੂੰ ਲਾਲ ਲੈ ਕੇ ਆਵੀ ਮੈਂ ਕਿਹਾ ਪਹਿਲਾਂ ਤੈਨੂੰ ਆਉਣਾ ਚਾਹੀਦਾ ਹੈ ਪਾਕਿਸਤਾਨ ਅਮੀਨਾ ਦੇ ਨਾਲ ਦੋਹ ਦੇ ਦਿਲਾਂ ਨਾਲ ਅਸੀਂ ਸਾਰਿਆਂ ਉਸ ਨੂੰ ਵਿਦਾ ਕੀਤਾ 1995 ਵਿੱਚ ਕਾਗਾ ਅਤੇ ਉਸਦੀ ਬੀਵੀ ਲੈ ਆਉਣ ਦੀਆਂ ਤਿਆਰੀਆਂ ਕਰ ਰਹੇ ਸਨ ਮੇਰੇ ਪੁੱਤਰ ਤੇ ਵਿਆਹ ਤੇ ਆਉਣ ਦੀਆਂ ਅਤੇ ਅਜੇ ਜ਼ੋਹਰਾ ਚੱਲ ਬਸੀ ਫਿਰ ਕਸ਼ਮੀਰ ਵਿੱਚ ਬਣ ਗਏ ਔਖੇ ਹਾਲਾਤ ਕਰਕੇ ਸਾਡੇ ਦਰਮਿਆਨ ਚਿੱਠੀ ਪਤਰੀ ਕੁਝ ਕੁਝ ਬੇਕਾਇਦਾ ਜਹੀ ਹੋ ਗਈ ਸਾਨੂੰ ਇੱਕ ਦੂਜੇ ਦੀਆਂ ਚਿੱਠੀਆਂ ਬੜੀ ਬੜੀ ਦੇਰ ਬਾਅਦ ਜਾਂ ਕਦੇ ਕਿਤੇ ਮਿਲਦੀਆਂ ਸਨ ਸਾਨੂੰ ਪਤਾ ਲੱਗਦਾ ਕਿ ਕਈ ਸਾਡੀਆਂ ਭੇਜੀਆਂ ਹੋਈਆਂ ਚਿੱਠੀਆਂ ਮਿਲੀਆਂ ਹੀ ਨਹੀਂ ਸ਼ੁਰੂ-ਸ਼ੁਰੂ ਵਿੱਚ ਅਸੀਂ ਸ਼ਿਕਾਇਤ ਕਰਨੀ ਕਿ ਜਵਾਬ ਕਿਉਂ ਨਹੀਂ ਆਉਂਦਾ ਪਰ ਹੌਲੀ-ਹੌਲੀ ਅਸੀਂ ਹਾਲਾਤ ਤੋਂ ਵਾਕਿਫ ਹੁੰਦੇ ਗਏ ਅਤੇ ਹੈਰਾਨ ਹੋ ਕੇ ਸੋਚਦੇ ਰਹਿਣਾ ਕਿ ਸਾਡੀਆਂ ਸਾਫ ਗੋ ਅਤੇ ਸਿੱਧ ਬਦਰੀਆਂ ਚਿੱਠੀਆਂ ਗਾਇਬ ਕਿੱਥੇ ਹੋ ਜਾਂਦੀਆਂ ਹਨ ਸਕਾਰਦਾਂ ਨੂੰ ਸਿੱਧੀ ਡਾਕ ਭੇਜਣ ਦੀ ਥਾਂ ਮੈਂ ਆਪਣੇ ਲਿਫਾਫੇ ਕੁਝ ਯੂਰਪੀ ਟੂਰਿਸਟਾਂ ਨੂੰ ਫੜਾਉਣੇ ਸ਼ੁਰੂ ਕਰ ਦਿੱਤੇ ਉਹਨਾਂ ਨੂੰ ਇਹ ਬੇਨਤੀ ਕਰਕੇ ਕਿ ਆਪਣੇ ਮੁਲਕ ਵਿੱਚ ਡਾਕ ਟਿਕਟਾਂ ਲਾ ਕੇ ਇਹਨਾਂ ਨੂੰ ਪਾਕਿਸਤਾਨ ਭੇਜ ਦੇਣ ਵੇਖੋ ਕੀ ਹਾਲ ਹੈ ਕਿ ਇਹ ਚਿੱਠੀਆਂ ਠੀਕ ਠਾਕ ਪਹੁੰਚ ਜਾਂਦੀਆਂ ਰਹੀਆਂ ਲੰਡਨ ਜਾਂ ਬਰਮਿੰਗਮ ਜਾਂ ਕੋਪਧੇਗਨ ਜਾਂ ਕਿਸੇ ਹੋਰ ਯੂਰਪੀ ਸ਼ਹਿਰ ਤੋਂ ਹਜ਼ਾਰਾਂ ਮੀਲਾਂ ਦਾ ਸਫ਼ਰ ਕਰਕੇ ਵੀ ਸਕਾਰਦੋ ਤੋਂ ਭੇਜੀਆਂ ਚਿੱਠੀਆਂ ਲੇਹ ਤੋਂ ਸਿਰਫ 2-3 ਮੀਲ ਦੂਰ ਭੇਤ ਭਰੇ ਟੰਗੀ ਗਾਇਬ ਹੋ ਜਾਂਦੀਆਂ ਰਹੀਆਂ ਸਕਾਰਦੋ ਵੇਖਣ ਦੀ ਮੇਰੀ ਹਮੇਸ਼ਾ ਇੱਛਾ ਰਹੀ ਹੈ ਸਿਰਫ ਇਸ ਲਈ ਨਹੀਂ ਕਿ ਮੇਰਾ ਭਰਾ ਉੱਥੇ ਰਹਿੰਦਾ ਹੈ ਸੋਹੋਂ ਇਸ ਲਈ ਵੀ ਕਿਉਂਕਿ ਸਕਾਰਦੋ ਸਾਡੇ ਵਿਰਸੇ ਦਾ ਇੱਕ ਬੜਾ ਹੀ ਅਹਿਮ ਹਿੱਸਾ ਹੈ ਜਿਨ੍ਹਾਂ ਲਦਾਖੀਆਂ ਨੇ ਦੋਹੇ ਪਾਸੇ ਵੇਖੇ ਹੋਏ ਹਨ ਜਾਂ ਜਿਨ੍ਹਾਂ ਨੂੰ ਦੋਹੇ ਖਿੱਤਿਆਂ ਦੇ ਰਿਸ਼ਤੇ ਦਾ ਪਤਾ ਹੈ ਉਹਨਾਂ ਨੂੰ ਸਕਾਰਦੋ ਵੇਖਣ ਦੀ ਬੜੀ ਇੱਛਾ ਹੁੰਦੀ ਹੈ ਨਸਲੀ ਸੱਭਿਆਚਾਰਕ ਅਤੇ ਭਾਸ਼ਾਈ ਤੌਰ ਤੇ ਬਾਲਟਿਸਤਾਨ ਅਤੇ ਲਦਾਖ ਦੇ ਲੋਕ ਇੱਕੋ ਹਨ ਇਹਨਾਂ ਦੇ ਵਸਿੰਦਿਆਂ ਦੀ ਫਿਤਰਤ ਵੀ ਇੱਕੋ ਜਿਹੀ ਹੈ ਸਕਾਰਦੋ ਅਤੇ ਲੇਹ ਦਾ ਇਤਿਹਾਸ ਅਤੇ ਭੂਗੋਲ ਵਿੱਚ ਇੰਨੀਆਂ ਚੀਜ਼ਾਂ ਇਕੋ ਜਹੀਆਂ ਹਨ ਕਿ ਹੈਰਾਨ ਹੋ ਜਾਈਦਾ ਹੈ। ਘੇਰੇ-ਘੇਰੇ ਖਲੋਤੇ ਪਹਾੜ, ਪੁਰਾਣੇ ਮਹਿਲ ਅਤੇ ਕਿਲੇ ਇੱਕ ਲੰਮੇ ਇਤਿਹਾਸ ਦੇ ਟੁਕੜਿਆਂ ਅਤੇ ਨਿਸ਼ਾਨੀਆਂ ਸੰਗ ਅਜੇ ਵੀ ਇੱਕੋ ਸੂਤਰ ਵਿੱਚ ਬੱਜੇ ਹੋਏ ਹਨ। ਕਦੇ ਬਰਾਬਰ ਚੱਲਦੇ, ਕਦੇ ਆਪੋ-ਆਪ ਵਿੱਚ ਪੂਰੇ ਭਲਾਏ ਕਦੇ ਵੀ ਨਾ ਗਏ ਹੋਏ। 19ਵੀਂ ਸਦੀ ਤੱਕ ਬਾਲਤੀਸਤਾਨ ਅਤੇ ਲਦਾਖ ਦੋਵੇਂ ਆਜ਼ਾਦ ਮੁਲਕ ਹੁੰਦੇ ਸਨ ਜਦੋਂ ਫਿਰ ਜੰਮੂ ਦੇ ਡੋਗਰਿਆਂ ਇਹਨਾਂ ਉੱਤੇ ਕਬਜ਼ਾ ਜਮਾ ਲਿਆ ਡੋਗਰਾ ਪ੍ਰਸ਼ਾਸਨ ਨੇ ਦੋਹੇ ਥਾਈਂ ਇੱਕੋ ਵੇਲੇ ਡਾਕ ਘਰ ਬਣਾਏ 1857 ਵਿੱਚ 1892 ਵਿੱਚ ਦੋਹਾਂ ਕਸਬਿਆਂ ਵਿੱਚ ਪ੍ਰਾਇਮਰੀ ਸਕੂਲ ਖੋਲੇ ਗਏ 12 ਸਾਲਾਂ ਬਾਅਦ ਇਹ ਪ੍ਰਾਇਮਰੀ ਸਕੂਲ ਵਧਾ ਕੇ ਮਿਡਲ ਕਰ ਦਿੱਤੇ ਗਏ 1947 ਤੋਂ ਪਹਿਲਾਂ ਦੋਹਾਂ ਸੂਬਿਆਂ ਦੀ ਆਬਾਦੀ ਕੋਈ 4000 ਸੀ ਹੁਣ ਦੋਹਾਂ ਦੀ ਇਕੱਲੀ-ਇਕੱਲੀ 20000 ਤੋਂ ਵੱਧ ਹੈ ਬਲਤੀਸਤਾਨ ਲਦਾਖ ਨੂੰ ਦਿੰਦਾ ਸੀ ਮੱਖਣ ਸਕਾਈਆਂ ਖੁਰਮਾਨੀਆਂ ਖੁਰਮਾਨੀ ਦੇ ਬੀ ਅਤੇ ਮਿੱਟੀ ਦੇ ਭਾਂਡੇ ਅਤੇ ਅਸੀਂ ਦਿੰਦੇ ਸੀ ਬਲਤੀਸਤਾਨ ਨੂੰ ਪਸ਼ਮੀਨਾ ਉਨ ਅਤੇ ਲੂਣ ਬਲਤੀਸਤਾਨ ਨੇ ਲਦਾਖ ਨੂੰ ਦਿੱਤਾ ਪੋਲੋ ਸੰਗੀਤ ਦੇ ਸਾਜ਼ ਅਤੇ ਗਜ਼ਲਾਂ ਲਦਾਖ ਨੇ ਬਲਤੀਸਤਾਨ ਨੂੰ ਦਿੱਤੇ ਗੀਤ ਅਤੇ ਮਹਾਕਾਵ ਜਿੱਥੇ ਜਾ ਉੱਥੇ ਰਾ 1995 ਦੇ ਅਗਸਤ ਮਹੀਨੇ ਹਿੰਦੂ ਕੁਸ਼ Karakoram ਅਤੇ ਹਿਮਾਲਿਆਈ ਖਿੱਤਿਆਂ ਵਿਚਾਲੇ ਸੱਭਿਆਚਾਰਕ ਅਤੇ ਭੂਗੋਲਕ ਨਾਟਿਆਂ ਬਾਰੇ ਇੱਕ ਸੈਮੀਨਾਰ ਹੋਣਾ ਸੀ ਇਸਲਾਮਾਬਾਦ ਵਿੱਚ ਪਾਕ ਜਰਮਨ ਰਿਸਰਚ ਪ੍ਰੋਜੈਕਟ ਅਤੇ ਲੋਕ ਵਿਰਸਾ ਇੰਸਟੀਚਿਊਟ ਦੀ ਸਰਪ੍ਰਸਤੀ ਹੇਠ ਮੈਨੂੰ ਹਿੱਸਾ ਲੈਣ ਦਾ ਸੱਦਾ ਮਿਲਿਆ ਪਾਕ ਜਰਮਨ ਰਿਸਰਚ ਪ੍ਰੋਜੈਕਟ ਤਰਫੋਂ ਸਭ ਤੋਂ ਚੰਗੀ ਗੱਲ ਇਹ ਕਿ ਪ੍ਰੋਗਰਾਮ ਵਿੱਚ ਉੱਤਰੀ ਪਾਸਿਆਂ ਦਾ ਇੱਕ ਟੂਰ ਵੀ ਸ਼ਾਮਲ ਸੀ ਸ਼ਿਕਾਰਦੋ ਅਤੇ ਗਿਲਕਿਟ ਦੀਆਂ ਫੇਰੀਆਂ ਸਮੇਤ ਇਹ ਸੁਨਹਿਰੀ ਮੌਕਾ ਮੈਂ ਅੰਡਿੱਠ ਨਹੀਂ ਸੀ ਕਰ ਸਕਦਾ ਮੈਂ ਜਾਣ ਬੁੱਝ ਕੇ ਆਪਣੇ ਭਰਾ ਨੂੰ ਖਬਰ ਨਾ ਦਿੱਤੀ ਮੈਂ ਉਸ ਨੂੰ ਭੁੱਜ ਕੇ ਸਵਾਦ-ਸਵਾਦ ਕਰ ਦੇਣਾ ਚਾਹੁੰਦਾ ਸੀ ਇੱਕ ਦਿਨ ਮੈਂ ਖਿਆਲੀ ਉਡਾਰੀ ਮਾਰਦਾ ਅਚਾਨਕ ਸਕਾਰਦੋ ਭੁੱਜ ਗਿਆ ਹੋਵਾਂਗਾ ਉਸ ਦੇ ਘਰ ਦਾ ਦਰਵਾਜ਼ਾ ਖੜਕਾਉਂਦਾ ਅਤੇ ਕਹਿੰਦਾ ਵੇਖੋ ਕੌਣ ਆਇਆ ਹੈ ਉਹ ਹੱਕਾ ਬੱਕਾ ਰਹਿ ਜਾਏਗਾ ਮੈਨੂੰ ਆਪਣੇ ਸਾਹਮਣੇ ਖਲੋਤਾ ਵੇਖ ਕੇ ਲੇ ਵਿੱਚ ਜੰਮੂ ਅਤੇ ਕਸ਼ਮੀਰ ਸਭਿਆਚਾਰਕ ਅਕਾਦਮੀ ਦੇ ਨਿਰਦੇਸ਼ਕ ਨਵਾਂਗ ਤਸ਼ੇਰਿੰਗ ਨੂੰ ਵੀ ਮੇਰੇ ਨਾਲ ਹੀ ਸਿੱਧਾ ਮਿਲਿਆ ਸੀ ਸਾਨੂੰ ਦੋਹਾਂ ਨੂੰ ਦਿੱਲੀ ਵਿੱਚ ਪਾਕਿਸਤਾਨੀ ਹਾਈ ਕਮਿਸ਼ਨ ਦੇ ਸਾਹਮਣੇ ਲੰਮੀ ਅਤੇ ਬਹੁਤ ਹੀ ਅਕਾਊ ਅਧੀਕ ਨਾਲ ਚੱਲਣੀ ਪਈ ਸਾਨੂੰ ਸੈਮੀਨਾਰ ਵਿੱਚ ਹਿੱਸਾ ਲੈਣ ਦਾ ਵੀਜ਼ਾ ਸੌਖਾ ਹੀ ਮਿਲ ਗਿਆ ਅਤੇ ਹਿੰਦੁਸਤਾਨ ਤੋਂ ਅਸੀਂ 6 ਜਣੇ ਇਸਲਾਮਾਬਾਦ ਪਹੁੰਚ ਗਏ ਪਰ ਪਾਕਿਸਤਾਨ ਦੀ ਹੋਮ ਮਿਨਿਸਟਰੀ ਨੇ ਸਾਨੂੰ ਬਲਟਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਲੋਕ ਵਿਰਸਾ ਇੰਸਟੀਚਿਊਟ ਦੇ ਉੱਗੇ ਪ੍ਰੋਫੈਸਰ ਅਤੇ ਇਤਿਹਾਸਕਾਰ ਅਤੇ ਪਾਕ ਜਰਮਨ ਰਿਸਰਚ ਪ੍ਰੋਜੈਕਟ ਦੇ ਮੁਖੀ ਨੇ ਸਾਡੇ ਵੱਲੋਂ ਕਿੰਨੀਆਂ ਹੀ ਅਪੀਲਾਂ ਕੀਤੀਆਂ ਪਰ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਫਲ ਨਾ ਲੱਗਾ ਮੇਰਾ ਵੱਡਾ ਭਰਾਸਕਾਰਦੋ ਵਿੱਚ ਹੈ ਮੈਂ ਪ੍ਰੋਫੈਸਰ ਸਾਹਿਬ ਨੂੰ ਕਿਹਾ ਪਿਛਲੇ 40 ਸਾਲਾਂ ਵਿੱਚ ਅਸੀਂ ਸਿਰਫ ਇੱਕ ਵਾਰ ਮਿਲੇ ਹਾਂ ਤੁਹਾਨੂੰ ਵੀਜ਼ਾ ਮਿਲ ਜਾਏਗਾ ਤੁਸੀਂ ਇੱਕ ਵੱਖਰੀ ਅਰਜ਼ੀ ਦੇ ਦਿਓ ਇਹ ਤਾਂ ਇਨਸਾਨਪਰਸਤੀ ਦਾ ਮਾਮਲਾ ਹੈ ਆਖਿਰਕਾਰ ਮੁਖੀ ਨੇ ਕਿਹਾ ਇਹ ਦੋ ਭਰਾਵਾਂ ਦੇ ਕਿੰਨੇ ਹੀ ਸਾਲਾਂ ਬਾਅਦ ਮਿਲਣ ਦਾ ਮਾਮਲਾ ਹੈ ਤੁਹਾਨੂੰ ਵੀਜ਼ਾ ਜ਼ਰੂਰ ਮਿਲ ਜਾਏਗਾ ਪਰ ਮੈਨੂੰ ਸਕਾਰਦੋ ਜਾਣ ਦਾ ਵੀਜ਼ਾ ਨਾ ਮਿਲਿਆ ਇਸਲਾਮਾਬਾਦ ਵਿੱਚ ਲੋਕ ਵਿਰਸਾ ਇੰਸਟੀਚਿਊਟ ਦੇ ਡਾਇਰੈਕਟਰ ਜਨਰਲ ਨੇ ਮੈਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ ਮੇਰੇ ਨਾਲ ਵੀ ਇਹੀ ਮੁਸ਼ਕਲ ਬਣੀ ਸੀ ਜਦੋਂ ਮੈਂ ਹਿੰਦੁਸਤਾਨ ਗਿਆ ਸੀ ਮੇਰੀ ਇੱਛਾ ਸੀ ਤਾਜ ਮਹਿਲ ਦੇਖਣ ਦੀ ਪਰ ਮੈਨੂੰ ਦਿੱਲੀੋਂ ਆਗਰੇ ਦਾ ਵੀਜ਼ਾ ਨਾ ਮਿਲਿਆ ਇਨਾ ਹਾਲਾਤਾਂ ਵਿੱਚ ਹੁਣ ਸਵਾਦ ਲਈ ਹੈਰਾਨੀ ਦੇਣ ਦਾ ਇੱਕੋ ਸੰਦ ਮੇਰੇ ਕੋਲ ਸੀ ਟੈਲੀਫੋਨ ਮੈਂ ਆਪਣੇ ਭਰਾ ਨੂੰ ਫੋਨ ਕੀਤਾ ਉਸ ਨੂੰ ਇਹ ਇਤਲਾਹ ਦੇਣ ਲਈ ਕਿ ਮੈਂ ਇਸਲਾਮਾਬਾਦ ਸੀ ਤੇ ਉਹ ਮੈਨੂੰ ਮਿਲਣ ਇਸਲਾਮਾਬਾਦ ਆ ਗਿਆ ਅਸੀਂ 7 ਸਾਲਾਂ ਬਾਅਦ ਮੁੜ ਮਿਲ ਰਹੇ ਸੀ ਪਿਛਲੀਆਂ ਯਾਦਾਂ ਭੱਜ ਭਾਜਾਈਆਂ ਵਿਆਹ ਤੋਂ ਬਾਅਦ ਜ਼ਕੀਆ ਇਸਲਾਮਾਬਾਦ ਹੀ ਰਹਿੰਦੀ ਸੀ ਅਸੀਂ ਜਾ ਕੇ ਉਸ ਨੂੰ ਅਤੇ ਉਸਦੇ ਘਰ ਵਾਲੇ ਅਤੇ 6 ਬੱਚਿਆਂ ਨੂੰ ਮਿਲੇ ਹਿੰਦੁਸਤਾਨ ਤੋਂ ਆਏ ਵਿਦਵਾਨਾਂ ਨੂੰ ਇਸਲਾਮਾਬਾਦ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਖਾਣੇ ਤੇ ਸੱਦਿਆ ਗੱਲਾਂ-ਬਾਤਾਂ ਦੌਰਾਨ ਜਦੋਂ ਮੈਂ ਆਪਣੇ ਭਰਾ ਨੂੰ ਮਿਲਣ ਜਾਣ ਦੀ ਇਜਾਜ਼ਤ ਬਾਰੇ ਜ਼ਿਕਰ ਕੀਤਾ ਤਾਂ ਹਾਈ ਕਮਿਸ਼ਨ ਦੇ ਫਸਟ ਸੈਕਟਰੀ ਕਹਿੰਦੇ ਪਾਕਿਸਤਾਨੀ ਸਰਕਾਰ ਤੁਹਾਨੂੰ ਵੀਜ਼ਾ ਦੇਵੇ ਜਾਂ ਨਾ ਅਸੀਂ ਜ਼ਰੂਰ ਤੁਹਾਡੇ ਭਰਾ ਨੂੰ ਲੇ ਦਾ ਵੀਜ਼ਾ ਦੇਾਂਗੇ ਤਾਂ ਕਿ ਤੁਸੀਂ ਮਿਲ ਸਕੋ ਬਲਤੀਸਤਾਨ ਤੋਂ ਕਈ ਲੇਖਕ ਇਤਿਹਾਸਕਾਰ ਅਤੇ ਬੁੱਧੀਜੀਵੀ ਸੈਮੀਨਾਰ ਵਿੱਚ ਹਿੱਸਾ ਲੈਣ ਆਏ ਹੋਏ ਸਨ। ਉਹਨਾਂ ਵਿੱਚੋਂ ਦੋ ਲੇਖਕ ਸੈਇਦ ਮੁਹੰਮਦ ਕਾਜ਼ਮੀ ਅਤੇ ਮੁਹੰਮਦ ਹੁਸੈਨ ਆਬਦੀ ਨਾਲ ਮੈਂ ਪਹਿਲਾਂ ਹੀ ਵਾਕਿਫ ਸੀ ਪਰ ਅਸੀਂ ਕਦੇ ਮਿਲੇ ਨਹੀਂ ਸੀ। ਕਾਜ਼ਮੀ ਨਾਲ ਮੈਂ ਹੁਣ ਕਾਫੀ ਚਿਰ ਤੋਂ ਚਿੱਠੀ ਪੱਤਰੀ ਕਰ ਰਿਹਾ ਸੀ। ਉਹਨਾਂ ਨੇ ਲਦਾਖੀ ਗੀਤ ਇਕੱਤਰ ਕਰਕੇ ਉਰਦੂ ਵਿੱਚ ਤਰਜਮਾਏ ਸਨ। ਨਾਲ ਇਤਿਹਾਸਿਕ ਪਿਠਭੂਮੀ ਦੇ ਨੋਟ ਵੀ ਦਿੱਤੇ ਸਨ ਮੁਹੰਮਦ ਯੂਸਫ ਨੇ ਅਜੋਕੇ ਬਲਟਿਸਤਾਨ ਦਾ ਇਤਿਹਾਸ ਲਿਖਿਆ ਸੀ ਸੈਮੀਦਾਰ ਦੇ ਲਈ ਮੇਰੇ ਲਦਾਖੀ ਹਮ ਵਤਨੀ ਨਵਾੰਗ ਸ਼ੈਕਸਪੀਅਰ ਅਤੇ ਮੈਂ ਪੇਪਰ ਪੇਸ਼ ਕੀਤੇ ਜਿਨ੍ਹਾਂ ਵਿੱਚ ਬਲਟਿਸਤਾਨ ਅਤੇ ਲਦਾਖ ਦੇ ਸੱਭਿਆਚਾਰਾਂ ਨੂੰ ਮੇਲ ਕੇ ਵਿਖਿਆ ਗਿਆ ਸੀ ਅਸੀਂ ਸਾਰਿਆਂ ਇੱਕ ਦੂਜੇ ਲਈ ਆਪਣੇ ਇਤਿਹਾਸ ਟੇਪ ਕੀਤੇ ਇਸ ਆਸ ਨਾਲ ਕਿ ਇਹ ਹਮੇਸ਼ਾ ਹਮੇਸ਼ਾ ਲਈ ਸਾਂਭ ਹੋ ਜਾਣਗੇ ਅਸੀਂ ਆਪੋ ਆਪਣੀਆਂ ਕਿਤਾਬਾਂ ਵੀ ਵਟਾਈਆਂ ਉਸ ਸ਼ਾਮ ਇਸਲਾਮਾਬਾਦ ਦੇ ਪ੍ਰੈਜ਼ੀਡੈਂਟ ਹੋਟਲ ਵਿੱਚ ਮੈਂ ਕਾਗਾ ਨੂੰ ਇੱਕ ਚਿੱਠੀ ਦਿੱਤੀ ਭਾਰਤੀ ਹਾਈ ਕਮਿਸ਼ਨ ਦੇ ਫਸਟ ਸੈਕਟਰੀ ਦੇ ਨਾਮ ਮੈਂ ਚਾਹੁੰਦਾ ਸੀ ਕਿ ਉਹ ਹਿੰਦੁਸਤਾਨ ਲਈ ਵੀਜ਼ੇ ਖਾਤਰ ਰਾਬਤਾ ਬਣਾ ਲਵੇ ਅਗਲੀ ਸਵੇਰ ਕਾਗਾ ਮੈਨੂੰ ਅਲਵਿਦਾ ਆਖਣ ਲਈ ਇਸਲਾਮਾਬਾਦ ਹਵਾਈ ਅੱਡੇ ਤੇ ਆਇਆ ਮਰਨ ਤੋਂ ਪਹਿਲਾਂ ਮੈਂ ਇੱਕ ਵਾਰ ਫੇਰ ਆਣਾ ਚਾਹੁੰਦਾ ਹਾਂ ਲਦਾਖ ਉਸਨੇ ਕਿਹਾ ਤੈਨੂੰ ਆਪਣੇ ਬੱਚਿਆਂ ਦੇ ਵੀ ਪਾਸਪੋਰਟ ਬਣਾ ਲੈਣੇ ਚਾਹੀਦੇ ਹਨ ਮੈਂ ਉਸ ਨੂੰ ਜ਼ੋਰ ਦੇ ਕੇ ਕਿਹਾ ਉਸ ਰੀਜ ਨਾਲ ਮੈਂ ਲਦਾਖ ਲਈ ਨਿਕਲ ਪਿਆ ਪਿਛਲੇ 50 ਸਾਲਾਂ ਵਿੱਚ ਸਾਡੇ ਮੁਲਕਾਂ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਲਿਖੀ ਗਈ ਸਰਕਾਰੀ ਕਹਾਣੀ ਤਣਾਅ ਨਫ਼ਰਤ ਵੱਧ ਇੱਛਾ ਅਤੇ ਗਲਤਫਹਿਮੀਆਂ ਨਾਲ ਭਰੀ ਹੋਈ ਹੈ ਮੇਰਾ ਮੰਨਣਾ ਹੈ ਕਿ ਇੱਕ ਦਿਨ ਇਹ ਕਹਾਣੀ ਵੀ ਸੁਣਾਈ ਜਾਵੇਗੀ ਕਿ ਕਿਵੇਂ ਵਿਛੋੜੇ ਮਾਰੇ ਦਿਲ ਮੁੜ ਇੱਕ ਹੋ ਗਏ ਹਨ